ਕਰੇਤਰੀ ਸੀ ਕਮੀਆਂ ਸੀਗੀਆਂ ਕਾਂਗਰਸ ਪਾਰਟੀ 'ਚ, ਲੇਕਿਨ ਇਹ ਆਪਣੀਆਂ ਕਮੀਆਂ ਛੁਪਾਉਣ ਨੂੰ ਇਹ ਸਾਰਾ ਕੋਈ ਡਰਾਮੇ ਰਚ ਰਹੇ ਆ, ਜਿਹਦਾ ਨਤੀਜਾ ਇਹ ਹੋ ਰਿਹਾ ਵੀ ਪੰਜਾਬ ਅੱਜ ਨੁਕਸਾਨ ਹੋ ਰਿਹਾ। ਇਹਦੇ ਨਾਲ ਕਿਸੇ ਨੂੰ ਫਾਇਦਾ ਨਹੀਂ ਹੋ ਰਿਹਾ, ਨਾ ਤਾਂ ਕਿਸੇ ਦੀ ਨੌਕਰੀ ਲੱਗ ਰਹੀ, ਨਾ ਕਿਸੇ ਨੂੰ ਪੈਨਸ਼ਨ ਮਿਲ ਰਹੀ, ਨਾ ਕਿਸੇ ਦੀ 1000 ਰੁਪਿਆ ਅਕਾਊਂਟ 'ਚ ਆ ਰਿਹਾ। ਔਰ ਨਤੀਜਾ ਇਹ ਹੋ ਰਿਹਾ ਵੀ ਇਹ ਜਿਹੜਾ ਮੀਡੀਆ ਦੇ ਰਾਹੀਂ, ਮੈਂ ਇਹ ਕਹੂੰਗਾ ਕਿਉਂਕਿ ਤੁਹਾਨੂੰ ਤਾਂ ਇਹ ਵੱਡੀ ਖਬਰ ਹੁੰਦੀ ਆ, ਕਵਰ ਕਰਨੀ ਪੈਂਦੀ ਆ, ਉਹਦੇ ਵਿੱਚ ਮੇਨ ਮੁੱਦੇ ਜਿਹੜੇ ਆ ਉਹ ਪਛਾਣ ਹਟਾ ਕੇ ਇਹੋ ਜਿਹੇ ਮੁੱਦਿਆਂ ਦੇ ਉੱਤੇ ਰਾਜਨੀਤੀ ਕਰਨਾ ਚਾਹੁੰਦੇ ਆ, ਜੋ ਕਿ ਅਸੀਂ ਨਹੀਂ ਹੁੰਦੇ। ਢਿੱਲੋਂ ਸਾਹਿਬ, ਤੁਸੀਂ ਕਿਹਾ ਵੀ ਕਾਂਗਰਸ ਦੀਆਂ ਆਪਣੀਆਂ ਕਮੀਆਂ ਕਰ, ਹੁਣ ਵੀ ਕਿਤੇ ਨਾ ਕਿਤੇ ਕਾਂਗਰਸ ਦੇ ਵਿੱਚ ਆਪਸੀ ਤਾਨਾ ਜਿਹੜੀ ਤਾਨਾ ਬਣਾ ਕਿਤੇ ਨਾ ਕਿਤੇ ਉਲਝੇ, ਕਿਉਂਕਿ ਉਸ ਨਾਲ ਕਾਂਗਰਸ ਦੇ ਸੀਪੀਸੀ ਦੇ ਪ੍ਰਧਾਨ ਰਾਜਾ ਵੜੇ ਨੇ ਧਰਨਾ ਲਾਇਆ, ਦੂਜੇ ਪਾਸੇ ਪਟਿਆਲਾ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੇ ਅਲੱਗ ਲਾ ਲਿਆ। ਅਤੇ ਜੇ ਬ੍ਰਹਮਿੰਦਰਾ ਪਰਿਵਾਰ ਦੀ ਗੱਲ ਕਰਾਂ, ਪਟਿਆਲਾ 2 ਤੋਂ ਇੱਕ ਵੱਡਾ ਪਰਿਵਾਰ ਸੀ, ਉਹ ਉਸ ਧਰਨੇ ਦੇ ਵਿੱਚ ਪਹੁੰਚੇ। ਦੇਖੋ ਤੁਸੀਂ ਲੋਕ ਕਾਂਗਰਸ ਪਾਰਟੀ ਤੋਂ ਇਹ ਸਵਾਲ ਪੁੱਛ ਲੈਂਦੇ, ਹਾਲੇ ਤਾਂ ਅਸੀਂ, ਲੇਕਿਨ ਕਦੀ ਕਿਸੇ ਨੇ ਇਹ ਵੇਖਿਆ ਵੀ ਰਾਘਵ ਝੱਡੇ ਔਰ ਭਗਵੰਤ ਮਾਨ 'ਚ ਕਿੰਨਾ ਰਾਮ ਰੌਲਾ ਪਿਆ ਹੋਇਆ? ਕਦੀ ਆਪਾਂ ਇਹ ਵੇਖਿਆ ਵੀ ਇਹਨਾਂ ਦੇ ਨਵੇਂ ਨਵੇਂ ਮੰਤਰੀ ਹਾਲੇ ਬਣੇ ਆ, ਬਲਜਿੰਦਰ ਕੌਰ ਜੀ ਉਹ ਵੱਖਰੇ ਰੁੱਸ ਕੇ ਬੈਠੇ ਆ, ਮਾਣੂਕੇ ਜੀ ਆ ਉਹਨਾਂ ਨੂੰ ਮੰਤਰੀ ਨਹੀਂ ਬਣਾਇਆ ਉਹ ਵੱਖਰੇ ਨਾਰਾਜ਼ ਆ, ਸਦਵਾ ਸਾਹਿਬ ਨੂੰ ਸਪੀਕਰ ਬਣਾ ਤਾ ਉਹ ਕਹਿੰਦੇ ਮੈਂ ਮੰਤਰੀ ਬਣਨਾ ਸੀ ਉਹ ਵੱਖਰੇ ਨਾਰਾਜ਼ ਆ। ਸੋ ਜਦੋਂ ਇਹ ਸਰਕਾਰਾਂ ਹੁੰਦੀਆਂ ਜਾਂ ਨਹੀਂ ਹੁੰਦੀਆਂ ਜਾਂ ਪਾਰਟੀਆਂ ਦੇ ਵਿੱਚ ਕਿਤੇ ਨਾ ਕਿਤੇ ਥੋੜ੍ਹਾ ਬਹੁਤਾ ਫਰਕ ਰਹਿੰਦਾ। ਸੁਖਬੀਰ ਬਾਦਲ ਦਾ ਹਾਲਾਤ ਵੇਖ ਲਓ, ਆਪਣਾ ਕਿਤੇ ਢੀਂਸਾ ਸਾਹਿਬ ਵੱਖਰੇ ਤੁਰੇ ਫਿਰਦੇ ਆ। ਮੇਰਾ ਸਿਰਫ ਇਹ ਕਹਿਣ ਦਾ ਮਤਲਬ ਆ ਵੀ ਇਹ ਚੀਜ਼ਾਂ ਦੇ ਨਾਲ ਆਮ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ। ਵਰਿੰਦਰ ਜੀ ਗੱਲ ਜਿਹੜੀ ਦਿਹਾਤੀ ਦੀ ਗੱਲ ਕੀਤੀ ਹੈ, ਗੱਲ ਕਾਂਗਰਸ ਦੀ ਹੋ ਰਹੀ ਹੈ ਕਿ ਜੇ ਪਟਿਆਲਾ ਟੂ ਦੇ ਵਿੱਚ ਬ੍ਰਹਮਿੰਦਰਾ ਦੇ ਖਿਲਾਫ਼ ਆਵਾਜ਼ ਉੱਠਦੀ ਹੈ, ਵਰਕਰ ਐਮ ਸੀ ਉਠਾ ਰਹੇ ਨੇ, ਤਾਂ ਉਹਨੂੰ ਦੂਰ ਕਰਨ ਵਾਸਤੇ ਨਵੇਂ ਚਿਹਰੇ ਆਈ ਆ ਜਿਹੜੇ ਪੁਰਾਣੇ ਕੰਮ ਕਰ ਰਹੇ ਨੇ, ਬਲਕਿ ਉਹਨਾਂ ਨੂੰ ਅੱਗੇ ਆਉਣ ਵਾਸਤੇ ਪਾਰਟੀ ਮਦਦ ਕਰੂਗੀ। ਦੇਖੋ ਮੈਂ ਤੁਹਾਨੂੰ ਇਹ ਕਹਿ ਰਿਹਾ ਕੁਛ ਪਰਸਨਲ ਗੱਲਾਂ ਕਾਂਗਰਸ ਪਾਰਟੀ ਦੀਆਂ, ਉਹਦੇ ਵਿੱਚ ਤੁਹਾਡੇ ਕੋਲ ਅਟਕਲਾਂ ਜ਼ਰੂਰ ਪਹੁੰਚ ਜਾਂਦੀਆਂ, ਲੇਕਿਨ ਮੈਂ ਤੁਹਾਨੂੰ ਇੰਨਾ ਜ਼ਰੂਰ ਇਨਸ਼ੋਰ ਕਰ ਸਕਦਾ, ਵਰਕਰ ਬੋਲ ਰਹੇ ਆ, ਵਰਕਰਾਂ ਦੀ ਗੱਲ ਪਹੁੰਚ ਰਹੀ ਆ, ਉਹਦੇ 'ਤੇ ਫੈਸਲਾ ਸੁਣਾਉਣਾ ਇਹ ਮਾਹੌਲ ਅਨੁਕੂਲ ਨਹੀਂ ਹੈ। ਇਹ ਪੀ ਸੀ ਸੀ ਪ੍ਰਧਾਨ ਦਾ ਡਾਇਰੈਕਟਿਵ ਆ, ਪੰਜਾਬ ਕਾਂਗਰਸ ਕਮੇਟੀ ਦੇ ਜਿਹੜੇ ਪ੍ਰਧਾਨ ਆ ਰਾਜਾ ਵੜਿੰਗ ਜੀ, ਉਹਨਾਂ ਦਾ ਸਾਫ਼ ਸਪਸ਼ਟ ਮੈਸੇਜ। ਅਸੀਂ ਅੱਜ ਜ਼ਿਲ੍ਹਾ ਕਾਂਗਰਸ ਯੂਥ ਕਾਂਗਰਸ ਦੀ ਕਮੇਟੀ ਤਾਂ ਹੀ ਬਣਾਈ ਆ ਕਿ ਤਾਂ ਕਿ ਨੌਜਵਾਨਾਂ ਨੂੰ ਮੌਕਾ ਮਿਲੇ, ਨੌਜਵਾਨ ਅੱਗੇ ਆ ਕੇ ਕੰਮ ਕਰਨ। ਮੋਹਿਤ ਮਹਿੰਦਰਾ ਜੀ ਵੀ ਸਾਡੇ ਸਾਥੀ ਜਨਰਲ ਸੈਕਟਰੀ ਆ ਪਾਰਟੀ ਦੇ, ਉਹਨਾਂ ਦਾ ਵੀ ਸਤਿਕਾਰ ਆ, ਇਲੈਕਸ਼ਨ ਜ਼ਰੂਰ ਆ ਰਹੇ ਆ। ਇਹਦੇ ਨਾਲ ਇਹ ਮਤਲਬ ਨਹੀਂ ਆ ਵੀ ਕੋਈ ਡਿਫਰੈਂਸ ਆ, ਕੋਈ ਡਿਫਰੈਂਸ ਹੈ ਉਹਨਾਂ ਨੂੰ ਪ੍ਰਧਾਨ ਜੀ ਹੈ। ਫੜ ਰਹੀ ਹੈ, ਪਰੰਤੂ ਆਪਣੇ ਮੰਤਰੀਆਂ ਦੀ ਜਾਂ ਆਪਣੀ ਪੀੜ੍ਹੀ ਹੱਥ ਛੋਟਾ ਨਹੀਂ ਫਿਰ ਰਹੀ। ਦੇਖੋ ਮੈਂ ਤਾਂ ਇਹ ਵੀ ਕਹੂੰਗਾ, ਤੁਸੀਂ ਸਾਰੇ ਸਰਕਾਰੀ ਮੀਡੀਆ ਹਾਊਸ ਸਾਰੇ ਹੀ ਬੜੇ ਸਨਮਾਨਿਤ ਮੰਚਾਂ, ਤੁਹਾਨੂੰ ਵੀ ਪਤਾ ਮੀਡੀਆ 'ਤੇ ਕਿੰਨਾ ਪ੍ਰੈਸ਼ਰ। ਮੈਂ ਤੁਹਾਡੇ ਨਾਲ ਤਾਂ ਪਟਿਆਲੇ ਥੋੜ੍ਹਾ ਘੱਟ ਹੋ ਸਕਦਾ, ਮੈਂ ਚੰਡੀਗੜ੍ਹ ਵਾਲੇ ਸਾਥੀਆਂ ਨਾਲ ਗੱਲ ਕਰਦਾ, ਚੀਕਾਂ ਕਢਾਈਆਂ ਪਈਆਂ ਵੀ ਇਹ ਖਬਰ ਚਲਾਉਣੀ ਆ, ਇਹ ਖਬਰ ਨਹੀਂ ਚਲਾਉਣੀ। ਨਾਲ ਮੀਡੀਆ ਦੀ ਚੀਕਾਂ ਕਢਾ ਦੀ, ਮਤਲਬ ਇਹਨਾਂ ਨੇ ਤਾਂ ਲੋਕਾਂ ਦੇ ਨਾਲ ਨਾਲ ਮੀਡੀਆ ਦੀ, ਜਿਹਨੇ ਮੀਡੀਆ ਜਿਹੜੀ ਲੋਕ ਲੀਡਰਾਂ ਦੀ ਚੀਕ ਕਢਾਉਂਦੀ ਸੀ, ਅੱਜ ਇਹ ਸਰਕਾਰ ਨੇ ਮੀਡੀਆ ਦੀ ਚੀਕ ਕਢਾਉਂਦੀ ਆ, ਕਿਉਂਕਿ ਕੰਟਰੋਲ ਇਸ ਤਰੀਕੇ ਦਾ ਕਰਨਾ ਚਾਹੁੰਦੇ ਆ। ਔਰ ਸਰਾਰੀ ਵਰਗੇ ਮੁੱਦੇ, ਜਿਹੜੇ ਬੰਦੇ ਦੀ ਟੇਪ ਸਾਰੇ ਪੰਜਾਬ ਨੇ ਸੁਣੀ ਹੋਵੇ, ਜਿਹੜੇ ਮੁੱਦੇ ਦੇ ਉੱਤੇ ਸਾਰੇ ਪੰਜਾਬ ਨੇ ਆਡੀਓ ਸੁਣੀ ਹੋਵੇ, ਉਹਦੇ 'ਤੇ ਐਕਸ਼ਨ ਨਹੀਂ ਲੈ ਰਹੇ। ਔਰ ਉਹ ਤਾਂ ਸਿੰਗਲੇ ਦੀ ਟੇਪ ਨਾ ਤੁਸੀਂ ਸੁਣੀ, ਨਾ ਅਸੀਂ ਸੁਣੀ, ਨਾ ਇਹਨਾਂ ਨੇ ਕਿਸੇ ਮੰਤਰੀ ਨੇ ਸੁਣੀ, ਉਹਦੇ 'ਤੇ ਇੱਕ ਮਿੰਟ 'ਚ ਐਕਸ਼ਨ ਲੈ ਲਿਆ।
ये दोहरी राजनीति इन्हां दी सही जो इन्हां दी असलियत आ वो दर्शाती है। कितना गड़बड़ करते हैं गुजरात में, इलेक्शन करते हैं अपना गुजरात।